ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਿਤਪਾਲ ਸਿੰਘ ਪਟਿਆਲੇ ਤੋਂ ਅਸੀਂ ਇੱਕ ਪਦਮਸੱਪ ਦਾ ਜੋੜਾ ਰੈਸਕਿਊ ਕੀਤਾ ਸੀ ਜੋ ਕਿ ਅਸੀਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਕਿ ਰਾਈਟ ਸਨੇਕ ਬਦੌੜ ਪ੍ਰੋਵੀਜ਼ਨ ਨੌਨ ਪ੍ਰੋਯਜਨ ਵਾਲੇ ਸੱਪ ਦੀ ਅਸੀਂ ਪਛਾਣ ਕਰਾਈ ਸੀ ਤੇ ਜਿਹੜੇ ਜ਼ਹਿਰੀਲੇ ਸੱਪ ਨੇ ਅਸੀਂ ਤੁਹਾਨੂੰ ਉਹਨਾਂ ਦੀ ਹੁਣ ਪਛਾਣ ਕਰਾਵਾਂਗੇ ਤੇ ਰੱਬ ਨਾ ਕਰੇ ਕਿਸੇ ਨੂੰ ਬਾਈਟ ਕਰਦਾ ਪਦਮਨਾਵੰਦਾ ਸੱਪ ਉਹਦੇ ਲੱਛਣ ਕੀ ਹੁੰਦੇ ਆ ਇਹ ਤੁਹਾਨੂੰ ਦੱਸਾਂਗੇ ਤਾਂ ਘਰੇ ਆਪਾਂ ਲਾਈਵ ਟੈਸਟ ਉਹਦਾ ਕਿਵੇਂ ਕਰ ਸਕਦੇ ਆ ਵੀ ਸੱਪ ਜ਼ਹਿਰੀਲਾ ਲੜਿਆ ਇਹ ਬਿਨਾ ਜ਼ਹਿਰ ਤੋਂ ਲੜਿਆ ਇਹ ਤੁਹਾਨੂੰ ਹੁਣ ਅਸੀਂ ਦੱਸਾਂਗੇ ਜੀ ਇੱਕ ਅਸੀਂ ਇਹਦੇ ਵਿੱਚ ਇਹ ਬਾਕਸ ਦੇ ਵਿੱਚ ਪਤਮਸੱਪ ਦਾ ਜੋੜਾ ਹੈ ਜੀ ਤੇ ਆਮ ਲੋਕ ਇਹਨੂੰ ਵੀ ਕੋਬਰੇ ਕਿਹਾ ਜਾਂਦੇ ਨੇ ਇਹਨਾਂ ਦੇ ਵਿੱਚ ਵੀ ਪੰਜ ਸੱਤ ਕਿਸਮਾਂ ਹੁੰਦੀਆਂ ਨਾਗ ਹੁੰਦਾ ਪਦਮ ਹੁੰਦਾ ਜੀ ਕੋਬਰਾ ਹੁੰਦਾ ਤੇ ਸਭ ਤੋਂ ਇੰਡੀਆ ਦਾ ਖਤਰਨਾਕ ਸੱਪ ਹੁੰਦਾ ਜੀ ਕੌਮਬਨ ਕਰੈਟ ਜਿਹਨੂੰ ਹਿੰਦੀ ਦੇ ਵਿੱਚ ਕੌਮਨ ਕਰੈਟ ਕਹਿੰਦੇ ਆ ਇੰਗਲਿਸ਼ ਵਿੱਚ ਕੌਮਨ ਕਰੈਟ ਕਹਿੰਦੇ ਆ ਹਿੰਦੀ ਦੇ ਵਿੱਚ ਸੰਖ ਚੂੜ ਤੇ ਪੰਜਾਬੀ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਕਾਲਾ ਕੋਡੀਆਂ ਵਾਲਾ ਕਹਿੰਦੇ ਆ ਉਹ ਇਹਨਾਂ ਤੋਂ ਵੀ ਖਤਰਨਾਕ ਹੁੰਦਾ ਜੀ ਪਰ ਜਿਹੜੇ ਤੁਹਾਨੂੰ ਅਸੀਂ ਹੁਣ ਇਹ ਸੱਪ ਦਿਖਾਵਾਂਗੇ ਇਹਨਾਂ ਦੇ ਵਿੱਚ ਕੋਬਰੇ ਤੋਂ ਵੀ ਵੱਧ ਪੋਇਜ਼ਨ ਹੁੰਦਾ ਜੀ ਇਹਨਾਂ ਦੀ ਪਛਾਣ ਕਰ ਲਓ ਜੀ ਇਹ ਫੀਮੇਲ ਇਹ ਮੇਲ ਇਹ ਬਹੁਤ ਹੀ ਜ਼ਹਿਰੀਲੇ ਸੱਪ ਹੁੰਦੇ ਨੇ ਕੋਬਰਾ ਕੋਬਰੇ ਤੋਂ ਵੱਧ ਇਹਨਾਂ ਚ ਪੋਇਜ਼ਨ ਮੰਨਿਆ ਜਾਂਦਾ ਠੀਕ ਹੈ ਕਹਿੰਦੇ ਨੇ ਕੋਬਰਾ ਜ਼ਹਿਰੀਲਾ ਹੁੰਦਾ ਜੀ ਥੋੜਾ ਹੋਰ ਨੇੜੇ ਕਰਕੇ ਦਿਖਾਓ ਇਹਨਾਂ ਦੀ ਪਛਾਣ ਕੀਤਾ ਇਹ ਜ਼ਹਿਰੀਲੇ ਸੱਪ ਮੰਨੇ ਜਾਂਦੇ ਨੇ ਜੀ ਇਹਨਾਂ ਨੂੰ ਪਦਮ ਕਿਹਾ ਜਾਂਦਾ ਇਹਨਾਂ ਤੋਂ ਜਿਹੜੇ ਤਗੜੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਜੀ ਕੋਬਰਾ ਕੋਬਰਿਆਂ ਨੂੰ ਕਈ ਪਦਮ ਕਿਹਾ ਜਾਂਦੇ ਨੇ ਅੱਡ-ਅੱਡ ਪ੍ਰਜਾਤੀਆਂ ਹੁੰਦੀਆਂ ਨੇ ਜੀ ਜਿਸ ਤਰ੍ਹਾਂ ਇਹ ਸੱਪ ਕਿਸੇ ਨੂੰ ਬਾਈਟ ਕਰਦਾ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਅਸੀਂ ਜੰਗਲ ਦੇ ਵਿੱਚ ਰਿਲੀਜ਼ ਕਰਾਂਗੇ ਇਹ ਸੱਪ ਕਿਸੇ ਨੂੰ ਬਾਈਟ ਕਰਦਾ ਤਾਂ ਉਹਦੀ ਪਛਾਣ ਅਸੀਂ ਤੁਹਾਨੂੰ ਇੱਕ ਲਾਈਵ ਟੈਸਟ ਇਹਨਾਂ ਨੂੰ ਛੱਡਣ ਤੋਂ ਬਾਅਦ ਤੁਹਾਨੂੰ ਲਾਈਵ ਟੈਸਟ ਦੱਸਾਂਗੇ ਅਸੀਂ ਘਰ ਦੇ ਵਿੱਚ ਕਿਵੇਂ ਪਛਾਣ ਕਰ ਸਕਦੇ ਹਾਂ ਇਹ ਬਹੁਤ ਹੀ ਜ਼ਹਿਰੀਲੇ ਸੱਪ ਨੇ ਜੀ ਮੰਨ ਲਓ ਕਿ ਕੋਬਰੇ ਤੋਂ ਵੱਧ ਇਦਾਂ ਦੇ ਵਿੱਚ ਪੁਆਇਜ਼ਨ ਮੰਨਿਆ ਜਾਂਦਾ ਕੋਬਰੇ ਦੇ ਵਿੱਚ ਪੁਆਇਜ਼ਨ ਜਿਹੜਾ ਹੁੰਦਾ ਨਿਊਰੋਟੌਕਸਨ ਉਹਦੇ ਨਾਲੋਂ ਵੱਧ ਇਹ ਜ਼ਹਿਰੀਲੇ ਸੱਪ ਮੰਨੇ ਜਾਂਦੇ ਜਿੰਨਾ ਛੋਟਾ ਸੱਪ ਹੁੰਦਾ ਹੈ ਹਨੀਆਰ ਸੱਪ ਉਹਨਾਂ ਜ਼ਿਆਦਾ ਜ਼ਹਿਰੀਲਾ ਮੰਨਿਆ ਜਾਂਦਾ ਇਹਨਾਂ ਦੀ ਤੁਹਾਨੂੰ ਅਸੀਂ ਇੱਕ ਜੇ ਸੱਪ ਕੱਟ ਲੈ ਇਦਾਂ ਦਾ ਘਰੇ ਇੱਕ ਲਾਈਵ ਟੈਸਟ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ ਕਿ ਸੱਪ ਜ਼ਹਿਰੀਲਾ ਕੱਟਿਆ ਕਿ ਬਿਨਾਂ ਜ਼ਹਿਰ ਵਾਲਾ ਕੱਟਿਆ ਜੀ ਜਿਸ ਤਰ੍ਹਾਂ ਇਹ ਸੱਪ ਹੁੰਦੇ ਨੇ ਇਹਨੂੰ ਕਹਿੰਦੇ ਆ ਜੀ ਪਦਮ ਇਹ ਇਹਨੂੰ ਆਪਾਂ ਕੋਬਰਾ ਨਹੀਂ ਕਹਿ ਸਕਦੇ ਇਹਨਾਂ ਦੇ ਵਿੱਚ ਪ੍ਰਜਾਤੀਆਂ ਹੁੰਦੀਆਂ ਨੇ ਇਸ ਤਰ੍ਹਾਂ ਨਾਗ ਹੁੰਦਾ ਹੈ ਉਹ ਇਸ ਤੋਂ ਤਗੜੇ ਲੈਂਥ ਕਾਫੀ ਹੋ ਜਾਂਦੀ ਹੈ ਪਰ ਜਿਵੇਂ ਕਿ ਇਹ ਜਿਹੜੇ ਪਦਮ ਸੱਪ ਨੇ ਇਹਨਾਂ ਦੀ ਲੈਂਥ ਪ੍ਰੋਪਰ ਪੂਰੀ ਹੈ ਜੀ ਇਹ ਸਾਰੀ ਜ਼ਿੰਦਗੀ ਦੇ ਵਿੱਚ ਇੰਨੀ ਕੀ ਲੈਂਥ ਕਰਦੇ ਇਹਨਾਂ ਦੀ ਪੂਰੀ ਗਰੋਥ ਹੈ ਜੇ ਇਹਨੇ ਵੀ ਇਸ ਤੋਂ ਜ਼ਿਆਦਾ ਹੋਰ ਵੱਡੇ ਹੋ ਜਾਣਗੇ ਜਿਸ ਤਰ੍ਹਾਂ ਕਿ ਇਹ ਫੀਮੇਲ ਹੈ ਜਾਂ ਮੇਲ ਹੈ ਇਹ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਜੂਨ ਜਲਾਈ ਦੇ ਵਿੱਚ ਜੁੱਤੀ ਦੇ ਵਿੱਚ ਜਿਸ ਤਰ੍ਹਾਂ ਇਹ ਬੰਦ ਜੁੱਤੀ ਹੈ ਇਹਦੇ ਵਿੱਚ ਸੈੱਟ ਹੋ ਕੇ ਬੈਠ ਜਾਂਦੇ ਆ ਜਿਉਂ ਹੀ ਇਨਸਾਨ ਜੁੱਤੀ ਦੇ ਵਿੱਚ ਪੈਰ ਪਾਉਂਦਾ ਤਾਂ ਬਾਈਟ ਕਰਦੇ ਆ ਇਹਨਾਂ ਦਾ ਲਾਈਵ ਟੈਸਟ ਆਪਾਂ ਕਰਦੇ ਵਿੱਚ ਜਿਸ ਤਰ੍ਹਾਂ ਕਿ ਆਪਾਨੂੰ ਪਤਾ ਨਹੀਂ ਲੱਗਿਆ ਕੋਈ ਚੀਜ਼ ਨੇ ਕੱਟ ਲਿਆ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜ਼ਹਿਰੀਲਾ ਸੱਪ ਕਿਸ ਤਰ੍ਹਾਂ ਦਾ ਉਹਦੀ ਪਹਿਚਾਣ ਕੀ ਹੈ ਕਰੇ ਇੱਕ ਅਸੀਂ ਛੋਟਾ ਜਿਹਾ ਲਾਈਵ ਟੈਸਟ ਦੱਸਾਂਗੇ ਜੋ ਕਿ ਫ੍ਰੀ ਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਵੀ ਜ਼ਹਿਰੀਲਾ ਸੱਪ ਲੜਿਆ ਕਿ ਨੌਨ ਬਿਦੌੜ ਜ਼ਹਿਰੀਲਾ ਸੱਪ ਲੜਿਆ ਇਹ ਤੁਹਾਡੇ ਸਾਹਮਣੇ ਹੁਣ ਆਪਣੇ ਆਪ ਇਹਨਾਂ ਦੇ ਜੰਗਲ ਦੇ ਵਿੱਚ ਚਲਾਇ ਜਾਣਾ ਜੀ ਫੈਲਾਣਾ ਨੂੰ ਛੱਡਦੇ ਆਪਾਂ ਫਿਰ ਅੱਗੇ ਗੱਲ ਕਰਦੇ ਆਂ ਇਹ ਦੇਖੋ ਜੀ ਇਹ ਫੀਮੇਲ ਚਲੀ ਗਈ ਜੋ ਕਿ ਸਦਾ ਮੇਲ ਹੈ ਇਸ ਤਰ੍ਹਾਂ ਦਾ ਸੱਪ ਬਾਈਟ ਕਰਦਾ ਜ਼ਹਿਰੀਲਾ ਸੱਪ ਉਹਦੀ ਕੀ ਪਹਿਚਾਣ ਆਸੀ ਤੁਹਾਨੂੰ ਦੱਸਾਂਗੇ ਤੁਹਾਡੇ ਸਾਹਮਣੇ ਇਹ ਚਲੇ ਗਏ ਜੀ ਜੇ ਇਸ ਤਰ੍ਹਾਂ ਦਾ ਸੱਪ ਕਿਸੇ ਨੂੰ ਬਾਈਟ ਕਰਦਾ ਆਪਣੇ ਕਰਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਿਆ ਕਿ ਜ਼ਹਿਰੀਲਾ ਸੱਪ ਨੇ ਕਟਿਆ ਹੈ ਕਿ ਪਾਣੀ ਵਾਲੇ ਨੇ ਕਟਿਆ ਹੈ ਉਹਦੇ ਵਿੱਚ ਆਪਾਂ ਲੈਬ ਟੈਸਟ ਕੀ ਕਰ ਸਕਦੇ ਹਾਂ ਤੁਹਾਨੂੰ ਦੱਸਣ ਲੱਗਾ ਕਿ ਬਹੁਤ ਹੀ ਕੀਮਤੀ ਗੱਲ ਹੈ ਜੀ ਜਿਸ ਤਰ੍ਹਾਂ ਕਿ ਲੱਛਣ ਹੁੰਦੇ ਆ ਕੁਝ ਉਲਟੀ ਚੱਕਰ ਆਉਣਾ ਘਬਰਾਟ ਹੋਣੀ ਬੀਪੀ ਘਟਣਾ ਜਾਂ ਵਧਣਾ ਇਹ ਵੀ ਲੱਛਣ ਹੋ ਸਕਦੇ ਆ ਤੇ ਆਪਾਂ ਇੱਕ ਛੋਟਾ ਜਿਹਾ ਲੈਬ ਟੈਸਟ ਕਰ ਸਕਦੇ ਹਾਂ ਉਹਦੇ ਵਿੱਚ ਕੀ ਹੈ ਜੀ ਜੀ ਆਪਾਂ ਦੇਖਣਾ ਚਾਹੁੰਦੇ ਆ ਕਿ ਸੱਪ ਜ਼ਹਿਰੀਲਾ ਲੜਿਆ ਕਿ ਬਿਨਾ ਜ਼ਹਿਰ ਤੋਂ ਲੜਿਆ ਇੱਕ ਨਿੰਮ ਦਾ ਪੱਤਾ ਆਪਾਂ ਤੋੜ ਕੇ ਜੇ ਮੂੰਹ ਦੇ ਵਿੱਚ ਪਾ ਕੇ ਖਾਵਾਂਗੇ ਜੇ ਤਾਂ ਚਬਾਣ ਦੇ ਵਿੱਚ ਕੜਤਣ ਲੱਗ ਰਹੀ ਹੈ ਕੌੜਾ ਲੱਗ ਰਿਹਾ ਤਾਂ ਸਮਝ ਲਓ ਕਿ ਬਿਨਾ ਜ਼ਹਿਰ ਵਾਲਾ ਸੱਪ ਲੜਿਆ ਉਹਦੇ ਵਿੱਚ ਕੋਈ ਜ਼ਹਿਰ ਨਹੀਂਗਾ ਜੇ ਜੋ ਅਸੀਂ ਸੱਪ ਤੁਹਾਨੂੰ ਦਿਖਾਏ ਨੇ ਪਦਮ ਜਾਂ ਕੋਬਰਾ ਜਾਂ ਸਕਾਮਨ ਕਰਾਇਤ ਇਸ ਤਰ੍ਹਾਂ ਦੀ ਪ੍ਰਜਾਤੀ ਦਾ ਸੱਪ ਜੇ ਲੜਿਆ ਤਾਂ ਸਮਝ ਲਓ ਜੇ ਕੌੜਾ ਨਹੀਂ ਲੱਗਦਾ ਨਿੰਮ ਠਿੱਕੀ ਲੱਗ ਰਹੀ ਹੈ ਇਹ ਲਾਈਵ ਟੈਸਟ ਹੈ ਜੀ ਘਰੇ ਆਪਾਂ ਚੈੱਕ ਕਰ ਸਕਦੇ ਹਾਂ ਫ੍ਰੀ ਦੇ ਵਿੱਚ ਚੈੱਕ ਆਪ ਹੈ ਇਹ ਇੱਕ ਪੱਤਾ ਤੋੜਾਂਗੇ ਨਿੰਮ ਦਾ ਉਹਨੂੰ ਜਿਉਂ ਹੀ ਚਬਾਵਾਂਗੇ ਜੇ ਤਾਂ ਕੋੜਾ ਲੱਗ ਰਿਹਾ ਫਿਰ ਤਾਂ ਸਮਝ ਲਓ ਕਿ ਕੋਈ ਖਤਰੇ ਵਾਲੀ ਗੱਲ ਨਹੀਂ ਜੇ ਅਗਰ ਬਾਈ ਜੇ ਕੋੜਾ ਨਹੀਂ ਲੱਗਦਾ ਨਿੰਮ ਦਾ ਪੱਤਾ ਤਾਂ ਸਮਝ ਲਓ ਕਿ ਪਦਮਣੇ ਵਾਈਟ ਕੀਤੀ ਹੈ ਜਾਂ ਕੌਮਨ ਕਰਾਇਤੇ ਨੇ ਕੀਤੀ ਹੈ ਜਾਂ ਕਿਸੇ ਹੋਰ ਜ਼ਹਿਰੀਲੇ ਸਪਣੇ ਵਟ ਕੀਤੀ ਹੈ ਸੋ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡਾ ਨੰਬਰ ਹੈ 98151 16964 ਸਾਡਾ YouTube ਤੇ ਚੈਨਲ ਬਣਿਆ ਜੀ PSD ਸਨੇਕ YouTube ਤੇ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਪਹੁੰਚਣ। ਪੀਐਸਡੀ ਸਨੇਕ YouTube ਤੇ ਚੈਨਲ ਬਣਿਆ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦੀ ਵੀਡੀਓ ਤੇ ਜਾਣਕਾਰੀ ਲੱਗ ਰਹੀ ਹੈ ਜਿਵੇਂ ਇਸ ਤਰ੍ਹਾਂ ਦਾ ਸੱਪ ਲੜਿਆ ਇੱਕ ਨਿੰਮ ਦਾ ਪੱਤਾ ਤੋੜ ਕੇ ਮੂੰਹ ਦੇ ਵਿੱਚ ਪਾਉਣਾ ਆਪਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਹੜਾ ਸੱਪ ਲੜਿਆ ਹੈ ਪਾਣੀ ਵਾਲਾ ਲੜਿਆ ਬਿਨਾਂ ਜ਼ਹਿਰ ਵਾਲਾ ਲੜਿਆ ਜ਼ਹਿਰ ਵਾਲਾ ਲੜਿਆ ਉਹਨੂੰ ਚੈੱਕ ਅਪ ਕਰਨ ਵਾਸਤੇ ਜਿਉਂ ਹੀ ਆਪਾਂ ਇੱਕ ਪੱਤਾ ਨਿੰਬ ਦਾ ਤੋੜ ਕੇ ਚਵਾਵਾਂਗੇ ਜੇ ਤਾਂ ਉਹ ਕੌੜਾ ਲੱਗਦਾ ਸਮਝ ਲਓ ਘਬਰਾਉਣ ਵਾਲੀ ਗੱਲ ਨਹੀਂ ਜੇ ਕੌੜਾ ਨਹੀਂ ਲੱਗਦਾ ਠਿੱਕਾ ਲੱਗਦਾ ਤਾਂ ਸਮਝ ਲਓ ਕਿਸੇ ਦੇ ਜ਼ਹਿਰੀਲੇ ਸੱਪ ਨੇ ਬਾਈਟ ਕੀਤੀ ਆ ਤੁਰੰਤ ਹੀ ਆਪਾਂ ਬੰਨ ਲਗਾਵਾਂਗੇ ਥੋੜਾ ਚੀਰਾ ਲਗਾਵਾਂਗੇ ਬੰਨਣਾ ਜ਼ਰੂਰੀ ਆ ਜੀ ਸਭ ਤੋਂ ਪਹਿਲਾਂ ਇੱਥੇ ਬੰਨ ਲਾਉਣਾ ਜੀ ਇਹ ਫਾਸਟ ਟਰੀਟ ਆ ਜਦੋਂ ਆਪਾਂ ਬੰਨ ਲਿਆ ਸੱਪ ਜਾਂ ਹੱਥ ਤੇ ਜਾਂ ਪੈਰਾਂ ਤੇ ਲੜਦਾ ਠੀਕ ਆ ਜੀ ਆਪਣੇ ਉਹਨੂੰ ਬੰਨ ਲਾ ਲੈਣਾ ਜੀ ਜੇ ਪੈਰ ਤੇ ਲੜਿਆ ਤਾਂ ਥੋੜਾ ਇੱਕ ਗਿੱਟ ਦੇ ਉੱਪਰ ਛੱਡ ਕੇ ਹਲਕਾ ਜਾਂ ਜ਼ਿਆਦਾ ਨਾ ਟਾਈਟ ਹੋਵੇ ਨਾ ਜ਼ਿਆਦਾ ਆਪਾਂ ਤੁਰੰਤ ਉਸ ਤੇ ਕਚੀਰਾ ਮਾਰ ਸਕਦੇ ਆ ਜੇ ਚੀਰਾ ਨਹੀਂ ਮਾਰਦੇ ਤਾਂ ਕੋਈ ਵੀ ਆਪਣੇ ਸਰਕਾਰੀ ਹਸਪੀਟਲ ਦੇ ਵਿੱਚ ਐਸਵੀ ਐਂਟੀ ਸਨੇਕ ਵੈਨਿਊਮ ਉਪਲਬਧ ਹੈ ਜਾਣ ਸਰ ਟ੍ਰੀਟਮੈਂਟ ਕਰਾਉਣਾ ਚਾਹੀਦਾ ਆ ਭੱਜਾ ਨਹੀਂ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਹਾਰਡ ਵਰਕਿੰਗ ਨਹੀਂ ਕਰਨੀ ਜਿੰਨਾ ਵੀ ਹੋਵੇ ਹੌਸਲਾ ਬਣਾ ਕੇ ਰੱਖੋ ਚਾਹੇ ਜਰੀਲਾ ਸੱਪ ਲੜਿਆ ਹੋਵੇ ਫਿਰ ਵੀ 2 ਤੋਂ 3 ਘੰਟੇ ਦਾ ਟਾਈਮ ਹੁੰਦਾ ਜੀ ਕਈ ਵਾਰੀ ਬੰਦੇ ਕਹਿੰਦੇ ਨੇ ਜੀ ਪਾਣੀ ਨਹੀਂ ਮੰਗਣ ਦਿੰਦਾ 1 ਮਿੰਟ ਚ ਮਾਰਦਾ ਅੱਖ ਦੇ ਚਮਕੇ ਚ ਮਾਰਦਾ ਸਿਰਫ ਕਹਿਣ ਦੀਆਂ ਗੱਲਾਂ ਨੇ अफਾਵਾ ਨੇ ਕੋਈ ਜਿੱਡਾ ਮਰਜ਼ੀ ਸੱਪ ਲੜ ਜੇ ਚਾਹੇ ਬਲੈਕ ਮਾਂਬਾ ਤੱਕ ਲੜ ਇਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਕਿੰਗ ਕੋਬਰਾ, ਪਦਮ ਜਲੇਬੀ ਇਸ ਤਰ੍ਹਾਂ ਦੇ ਕਈ ਨਾਮ ਦੇ ਸੱਪ ਨੇ ਸਭ ਤੋਂ ਖਤਰਨਾਕ ਇੰਡੀਆ ਦਾ ਸੱਪ ਹੈ ਜੀ ਕੌਮਨ ਕਰਾਇਦਾ ਚਲੋ ਉਹ ਵੀ ਤੁਹਾਨੂੰ ਦਿਖਾਵਾਂਗੇ ਵੈਸੇ ਹੋਰ ਵੀਡੀਓ ਦੇਖਣ ਵਾਸਤੇ ਉਹ ਕਾਲੇ ਰੰਗ ਦਾ ਹੁੰਦਾ ਹੈ ਵਿਦਾਉਟ ਫਨ ਹੁੰਦਾ ਹੈ ਤਾਂ ਉਹਦੇ ਬੋਡੀ ਦੇ ਉੱਪਰ ਚਿੱਟੇ ਰੰਗ ਦੇ ਪੈਟਰਨ ਹੁੰਦੇ ਆ ਕਾਲਾ ਕੋਡੀਆਂ ਵਾਲਾ ਕਹਿੰਦੇ ਆ ਜੀ ਇਹ ਜਿਹੜੇ ਆਪਾਂ ਛੱਡੇ ਆ ਪਦਮ ਜਾਂ ਕੋਬਰਾ ਕਹ ਲਈਏ ਉਹਨਾਂ ਤੋਂ ਵੀ ਉੱਪਰ ਦੀ ਹੁੰਦਾ ਜੀ ਉਹ ਰਾਤ ਨੂੰ ਨਿਕਲਦਾ ਬਿਸਤਰ ਤੇ ਚੜਦਾ ਬਾਈਟ ਕਰਦਾ ਬਿਲਕੁਲ ਪਤਾ ਨਹੀਂ ਲੱਗਦਾ ਕਿ ਆਪਾਂ ਨੂੰ ਕੋਈ ਸੱਪ ਲੜ ਗਿਆ ਬਿਲਕੁਲ ਵੀ ਪਤਾ ਨਹੀਂ ਲੱਗਦਾ ਲ ਜੋ ਜਿਉਂ ਹੀ ਉਹ ਆਪਣਾ ਅਸਰ ਫੈਲਾਣਾ ਸ਼ੁਰੂ ਕਰਦਾ ਹੈ ਕਿ ਸਾਹ ਬੰਦ ਕਰਨਾ ਸ਼ੁਰੂ ਕਰ ਦਿੰਦਾ ਬੰਦੇ ਦਾ ਜੀ ਚਲੋ ਫਿਰ ਵੀ 2 ਤੋਂ 3 ਘੰਟੇ ਤੱਕ ਜਿੱਦਾਂ ਮਰਜੀ ਜ਼ਹਿਰੀਲਾ ਸੱਤ ਲੜ ਜੇ 2 ਤੋਂ 3 ਘੰਟੇ ਦਾ ਟਾਈਮ ਹੁੰਦਾ ਹੈ ਤਾਂ ਆਪਾਂ ਬਿਲਕੁਲ ਵੀ ਕਾਲ ਨਹੀਂ ਕਰਨੀ ਜੋ ਹੀ ਪਤਾ ਲੱਗਦਾ ਕਿਸੇ ਜ਼ਹਿਰੀਲੇ ਸੱਪ ਨੇ ਬਾਈਟ ਕੀਤੀ ਆ ਆਪਾਂ ਤੁਰੰਤ ਹੱਥ ਤੇ ਬਾਈਟ ਕੀਤੀ ਆ ਤਾਂ ਇੱਥੋਂ ਬੰਨਾਂਗੇ ਰੱਸੀ ਦੇ ਨਾਲ ਜਾਂ ਕਿਸੇ ਕੱਪੜੇ ਦੇ ਨਾਲ ਲਪੇਟਾਂਗੇ ਤੋਂ ਤਰੰਤ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਆਪਾਂ ਨਹੀਂ ਕਹਿੰਦੇ ਕਿਸੇ ਮੰਦਰ ਦੇ ਵਿੱਚ ਮਸਜਿਦ ਦੇ ਵਿੱਚ ਡੇਰੇ ਦੇ ਵਿੱਚ ਜਾ ਕੇ ਆਪਣਾ ਟਾਈਮ ਖਰਾਬ ਕਰੀਏ ਇਹ ਚੀਜ਼ਾਂ ਤੋਂ ਬਚਣ ਵਾਸਤੇ ਫਟਾਫਟ ਆਪਾਂ ਜਿਸ ਤਰ੍ਹਾਂ ਕਿ ਪਟਿਆਲੇ ਦੇ ਵਿੱਚ ਰਜਿੰਦਰਾ ਕਿ ਹੋਰ ਵੀ ਸਰਕਾਰੀ ਹਸਪਤਾਲ ਦੇ ਵਿੱਚ ਏਐਸ ਵੀ ਐਂਟੀ ਸਨਿਕ ਵੈਨਿਓ ਅਵਲਬਡ ਹੁੰਦਾ ਜੀ ਉਹਦੀ ਮਾਤਰਾ ਹੁੰਦੀ ਹੈ ਜੇ ਸਾਡੇ ਕੋਲ ਵੀ ਵੈਨਿਓ ਹੋਵੇ ਅਸੀਂ ਆਪ ਵੀ ਨਹੀਂ ਲਗਾ ਸਕਦੇ ਕਿਉਂਕਿ ਉਹ ਟ੍ਰੀਟਮੈਂਟ ਡਾਕਟਰ ਦੀ ਦੇਖ ਰੇ ਦੇ ਵਿੱਚ ਹੀ ਹੋਵੇਗਾ ਜੀ ਤੋਂ ਸਭ ਤੋਂ ਫਸਟ ਟ੍ਰੀਟ ਇਹ ਕਿ ਬੰਨ ਲਿਆ ਚੀਰਾ ਮਾਰਤਾ ਘਬਰਾਉਣਾ ਨਹੀਂ ਹੈਗਾ ਭੱਜਣਾ ਨੱਠਣਾ ਨਹੀਂ ਰੋਲਾ ਨਹੀਂ ਪਾਉਣਾ ਬੰਦੇ ਨੂੰ ਡਰਾਉਣਾ ਨਹੀਂ ਹੈਗਾ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਬੰਨ ਲਗਾਤਾ ਜੀ ਤਾਂ ਆਪਣੇ ਕੋਈ ਵੀ ਨਜ਼ਦੀਕੀ ਹਸਪੀਟਲ ਹੈ ਬੜੇ ਆਰਾਮ ਦੇ ਨਾਲ ਭੱਜਣਾ ਨਹੀਂ ਨੱਠਣਾ ਨਹੀਂ ਬੜੇ ਆਰਾਮ ਦੇ ਨਾਲ ਜੇ ਉਸ ਤਰ੍ਹਾਂ ਕੋਈ 벨ਟ ਵਗੈਰਾ ਲੱਗੀ ਹੈ ਕੋਈ ਟਾਈਟ ਘੜੀ ਬੰਨੀ ਹੈ ਕੋਈ ਅੰਗੂਠੀ ਪਾਈ ਹੈ ਚੀਜ਼ਾਂ ਉਹਨਾਂ ਦੀਆਂ ਕੱਢ ਦੇਣੀਆਂ ਚਾਹੀਦੀਆਂ ਤਾਂ ਬੜੇ ਆਰਾਮ ਦੇ ਨਾਲ ਹਸਪੀਟਲ ਦੇ ਵਿੱਚ ਜਾਓ ਤੇ ਆਪਣਾ ਟ੍ਰੀਟਮੈਂਟ ਕਰਾਓ ਇਹ ਤੁਹਾਨੂੰ ਪਹਿਚਾਨ ਦੱਸਦੀ ਕੋਈ ਜਰੀਲਾ ਸੱਪ ਲੜਿਆ ਤਾਂ ਆਪਾਂ ਚੈੱਕ ਅਪ ਕਰ ਸਕਦੇ ਆ ਇੱਕ ਨਿੰਮ ਦਾ ਪੱਤਾ ਦੋ ਪੱਤੇ ਲੈ ਕੇ ਮੂੰਹ ਦੇ ਵਿੱਚ ਚਬਾਓ ਜੇ ਤਾਂ ਕੌੜੇ ਲੱਗਦੇ ਨੇ ਤਾਂ ਸਮਝ ਲਓ ਕੋਈ ਖਤਰਾ ਨਹੀਂ ਅਗਰ ਬਈ ਜੇ ਕੌੜੇ ਨਹੀਂ ਲੱਗਦੇ ਤਾਂ ਸਮਝ ਲਓ ਕਿ ਪੂਰਾ ਖਤਰਾ ਹੈ ਫਿਰ ਵੀ ਘਬਰਾਣ ਦੀ ਲੋੜ ਨਹੀਂ ਹਸਪੀਟਲਾਂ ਦੇ ਵਿੱਚ ਏਐਸਵੀ ਐਨਟੀਸੀਨਿਕ ਵੈਨੀਅਮ ਅਵਲਬਦ ਹੈ ਉੱਥੇ ਜਾ ਕੇ ਆਪਣਾ ਇਲਾਜ ਕਰਾਓ ਸੁਰੱਖਿਤ ਰਹੋ ਸੁਚੇਤ ਰਹੋ ਇਸ ਤਰ੍ਹਾਂ ਕੇ ਬਾਰਸ਼ਾਂ ਦੇ ਦਿਨ ਚੱਲ ਰਹੇ ਨੇ ਆਪਣੀ ਸਵੇਰੇ ਉੱਠ ਕੇ ਜੁੱਤੀ ਨੂੰ ਝਾੜ ਕੇ ਪਾਓ ਜਿਸ ਤਰ੍ਹਾਂ ਇਹ ਬੰਦ ਜੁੱਤੀ ਆ ਇਸ ਤਰ੍ਹਾਂ ਇੱਕਦਮ ਪੈਰ ਨਹੀਂ ਪਾਣਾ ਚਾਹੀਦਾ ਸ਼ੂਜ਼ ਦੇ ਵਿੱਚ ਆ ਕੇ ਬੈਠ ਜਾਂਦੇ ਆ ਤੋਂ ਸਾਰੇ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ ਕਿ ਸਿਚੁਏਸ਼ਨ ਬਣਦੀ ਹੈ ਕਿਸੇ ਪ੍ਰਕਾਰ ਦਾ ਸਪਟ ਹੁੰਦਾ ਜੀ ਸਾਡਾ ਨੰਬਰ ਹੈ 98151 169649815516964 ਤੇ ਕਾਲ ਕਰੋ 24 ਘੰਟੇ ਕੋਈ ਰਾਤ ਦੇ 12 ਵਜੇ 2 ਵਜੇ ਕੋਈ ਇਸ਼ੂ ਨਹੀਂ ਜਦੋਂ ਵੀ ਕੋਈ ਸਾਨੂੰ ਕਾਲ ਕਰਦਾ ਹੈ 20 ਤੋਂ 25 ਮਿੰਟਾਂ ਦੇ ਵਿੱਚ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਆਪ ਵੀ ਬਚੋ ਤੇ ਆਪਣੇ ਜੋ ਜੀਵ ਨੇ ਇਹਨਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰੀਏ ਇਹ ਸਾਰੇ ਦਾ ਸਸਰੀ ਕਾਲ ਹੈ